जहांगीर मल्टी स्पेशलिटी हॉस्पिटल दतवल नालागढ़ मॉडर्न वेल इक्विप्ड ओटी आईसीयू इमरजेंसी लिथु। पंजाब के मोरिंडा शहर की कुराली चंडीगढ़ चौक पर तेज रफ्तार पीआरटीसी बरनाल डिपो की बस ने एक नौजवान की ली जान। जानकारी के मुताबिक बस गलत दिशा से आ रही थी और एक मोटरसाइकिल के साथ टकराई। मोटरसाइकिल चालक सुखचैन सिंह गंभीर रूप से घायल हो गया। लोगों की सहायता से सरकारी अस्पताल मोरिंडा में भर्ती करवाया गया, जहां पर डॉक्टर ने उसे मृत घोषित कर दिया। इस बारे में पुलिस इंचार्ज इंस्पेक्टर अमनप्रीत कौर ने कहा कि बस का ड्राइवर और कंडक्टर मौके से फरार हो चुके हैं और बस को कब्जे में लेकर आगामी कार्रवाई शुरू कर दी है। की नाम सी बच्चे दा? बच्चे दा नाम सुखचैन सिंह सी जी। हाँ जी, उसकी उम्र लगभग 22 या 23 साल की थी। परिवार का एक लड़का सीगा, बहुत सानू पिंड वालों परिवार को बहुत ज़्यादा धक्का लग्या। गुरसिख नाल संबंध रखता सीगा, कीर्तन करता सीगा, अमृत वेले गुरुद्वारा साहब की सेवा करता सी, शाम में सुबह सेवा करता। ਸਾਨੂੰ ਪਿੰਡ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਬਹੁਤ 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 ਜ਼ਿਆਦਾ ਦੁੱਖ ਹੈ ਇਸ ਚੀਜ਼ ਦਾ। ਸੋ ਅਸੀਂ ਇਹ ਸ਼ਬਦਾਂ ਦੇ ਵਿੱਚ ਦੱਸ ਨਹੀਂ ਸਕਦੇ ਹੈਗੇ ਕਿ ਸਾਨੂੰ ਕਿੰਨਾ ਧੱਕਾ ਅੰਦਰੂਨੀ ਤੌਰ 'ਤੇ, ਸਾਨੂੰ ਜ਼ਮਾਨੀ ਤੌਰ 'ਤੇ ਕਿੰਨਾ ਧੱਕਾ ਲੱਗਿਆ। ਸੋ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਕਰੇ ਕਿ ਇਸ ਬੱਚੇ ਨੂੰ ਆਪਣੇ ਚਰਨਾਂ ਦੇ ਨਾਲ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਇਸ ਨੂੰ ਆਪਣੇ ਚਰਨਾਂ ਦਾ ਉਤਾਸਰਾ ਬਖਸ਼ੇ। ਸੋ ਜੋ ਵੀ ਹੋਇਆ, ਸਾਨੂੰ ਬਹੁਤ ਧੱਕਾ ਲੱਗਿਆ ਪਿੰਡ ਦੇ, ਹਾਂਜੀ, ਸਾਡੇ ਸਾਰੇ ਨਗਰ ਨਿਵਾਸੀਆਂ ਉੱਤੇ ਬਣਦੀ ਕਾਰਵਾਈ, ਜੋ ਵੀ ਜਿਸ ਦੇ ਨਾਲ ਬੱਸ ਦੇ ਨਾਲ ਐਕਸੀਡੈਂਟ ਹੋਇਆ, ਜਿਵੇਂ ਵੀ ਹੋਇਆ, ਇਹ ਬਣਦੀ ਕਾਰਵਾਈ ਉਹਨਾਂ 'ਤੇ ਹੋਣੀ ਚਾਹੀਦੀ ਹੈ ਅਤੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਸੋ ਇੱਕੋ ਇੱਕ ਬੱਚਾ ਸੀਗਾ ਪਰਿਵਾਰ ਦਾ, ਸੋ ਇਸਦੇ ਹੀ ਡੈਥ ਹੋਣ ਦੇ ਨਾਲ ਪੂਰਾ ਪਰਿਵਾਰ ਹੀ ਇੱਕ ਤਬਾਹੀ ਦੇ ਕਿਨਾਰੇ 'ਤੇ ਖੜ੍ਹਾ ਹੋ ਚੁੱਕਾ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਇਸਨੂੰ ਇਨਸਾਫ ਮਿਲਣਾ ਚਾਹੀਦਾ, ਸਰਕਾਰ ਨੂੰ ਵੀ ਚਾਹੀਦਾ ਜੋ ਬਣਦੀ ਦਿੱਤੀ ਮਦਦ ਜੋ ਦੇਣੀ ਚਾਹੀਦੀ ਹੈ ਸਾਰਾ। ਅਸੀਂ ਰਿਕੁਐਸਟ ਕਰਦੇ ਹਾਂ ਸਰਕਾਰ ਦੇ ਅੱਗੇ ਵੀ, ਪ੍ਰਸ਼ਾਸਨ ਦੇ ਅੱਗੇ ਸਾਰਾ ਰਿਕੁਐਸਟ ਕਰਦੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ, ਇਹਨਾਂ ਨੂੰ ਹੌਸਲਾ ਦਿੱਤਾ ਜਾਵੇ, ਹਾਂਜੀ, ਬਣਦੀ ਕਾਰਵਾਈ ਕੀਤੀ ਜਾਵੇ। ਸੋ ਅਸੀਂ ਬਹੁਤ ਧੰਨਵਾਦ ਇਹਨਾਂ ਦਾ, ਸਰਕਾਰ ਦਾ ਵੀ ਕਰਾਂਗੇ। ਸੋ ਅਸੀਂ ਬਹੁਤ ਪਿੰਡ ਦਾ ਸਾਰਾ, ਮਤਲਬ ਪਿੰਡ ਨੂੰ ਬਹੁਤ ਹੀ ਅਫਸੋਸ ਆ, ਇਸਦੇ ਬੱਚੇ ਦਾ ਬਹੁਤ ਕਾਬਿਲ ਬੱਚਾ ਸੀਗਾ। ਸੋ ਸਬ ਇੰਸਪੈਕਟਰ ਮਨਪ੍ਰੀਤ ਕੌਰ, ਇੰਚਾਰਜ ਸਿਟੀ ਪਿੰਡਾਂ। ਅੱਜ ਸਾਨੂੰ ਕਰੀਬ 10 ਵਜੇ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਲੜਕਾ, ਕਰੀਬ ਦੀ ਉਮਰ 24 ਸਾਲ ਹੈ, ਉਹ ਮਰੰਡੇ ਤੋਂ ਜਾ ਰਿਹਾ ਸੀਗਾ ਆਪਣੇ ਪਿੰਡ ਸਕੂਲਾਂ ਨੂੰ ਚੰਡੀਗੜ੍ਹ ਰੋਡ, ਤਾਂ ਇੱਕ ਰੋਡਵੇਜ਼ ਦੀ ਬੱਸ, PRTC ਬੱਸ ਹੈ ਪਟਿਆਲਾ ਡਿੱਪੂ ਦੀ, ਉਹ ਆ ਰਹੀ ਸੀਗੀ ਕੁਰਾਲੀ ਤੋਂ ਮਰੰਡੇ ਨੂੰ। ਉਹ ਰਸਤੇ ਦੇ ਵਿੱਚ ਟੀ ਪੁਆਇੰਟ ਕੁਰਾਲੀ ਟੀ ਪੁਆਇੰਟ ਆਉਂਦਾ, ਉੱਥੇ ਰੋਡਵੇਜ਼ ਬੱਸ ਨੇ ਗਰਲ ਟਰਨ ਲਿਆ, ਤਾਂ ਉਹ ਜਿਹੜਾ ਮੁੰਡਾ ਹੈ ਉਹ ਬਾਈਕ 'ਤੇ ਸੀਗਾ, ਉਹਦੀ ਇਹਦੇ ਨਾਲ ਟੱਕਰ ਹੋ ਗਈ ਔਰ ਉਹਦੀ ਮੌਕੇ 'ਤੇ ਡੈਥ ਹੋ ਗਈ। मोरिंडा से मंजीत सिंह सोही की रिपोर्ट।